ਹਾਂਜੀ ਸਵਾਗਤ ਹੈ ਜੀ ਸਾਰਿਆਂ ਦਾ ਕ੍ਰਿਸ਼ਾਵਾੜ ਚੈਨਲ ਤੇ ਅੱਜ ਅਸੀਂ ਤੁਹਾਨੂੰ ਦੁਪੱਟੇ ਤੇ ਤੇ ਸੂਟ ਦੇ ਉੱਪਰ ਜਿਹੜੀ ਸਟੈਂਸਲ ਪੇਂਟਿੰਗ ਹੈ ਜਾਂ ਬਲਾਕ ਪੇਂਟਿੰਗ ਵੀ ਕਹਿ ਦਿੰਦੇ ਇਹਨੂੰ ਤੇ ਅਸੀਂ ਉਹ ਕਰਨੀ ਦੱਸਾਂਗੇ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਅਸੀਂ ਦੁਪੱਟੇ ਦੇ ਉੱਪਰ ਬੀਲਾਂ ਵਾਲਾ ਡਿਜ਼ਾਈਨ ਬਣਾ ਰਹੇ ਹਾਂ ਤੇ ਉਸ ਦੇ ਉੱਪਰ ਅਸੀਂ ਇੱਕ ਰੋਜ਼ ਫਲਾਵਰ ਵੀ ਬਣਾਇਆ ਹੈ ਤੇ ਜਿਹੜਾ ਸਾਈਡਾਂ ਨੇ ਦੁਪੱਟੇ ਦੀਆਂ ਉਹਦੇ ਤੇ ਵੀ ਅਸੀਂ ਬੰਚ ਬਣਾਏ ਹੋਏ ਆ ਰੋਜ਼ ਫਲਾਵਰ ਦੇ ਤੇ ਇਸ ਤਰ੍ਹਾਂ ਅਸੀਂ ਸਾਰਾ ਜਿਹੜਾ ਦੁਪੱਟਾ ਹੈਗਾ ਉਹ ਰੈਡੀ ਕਰ ਲੈਣਾ ਤੇ ਇਹਦੇ ਵਿੱਚ ਤੁਸੀਂ ਜ਼ਿਆਦਾ ਹਲਕਾ ਜਾਂ ਪਤਲਾ ਕਲਰ ਨਹੀਂ ਲਗਾਉਣਾ ਥੋੜਾ ਜਿਹਾ ਗਾੜਾ ਹੀ ਕਲਰ ਲਗਾਉਣੇਗਾ ਤੇ ਇਸੇ ਤਰ੍ਹਾਂ ਤੁਸੀਂ ਚਾਰ ਚਪੇਰੇ ਦੁਪੱਟੇ ਦੇ ਤੇ ਵਿਚਕਾਰ ਵੀ ਵੇਲਾ ਪਾ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਸਾਡਾ ਦੁਪੱਟਾ ਜਿਹੜਾ ਉਹ ਬਣ ਕੇ ਰੈਡੀ ਹੋ ਗਿਆ ਇਸੇ ਤਰੀਹੀ ਅਸੀਂ ਸੂਟ ਤੇ ਵੀ ਇਹੀ ਡਿਜ਼ਾਈਨ ਬਣਾਇਆ ਹੈ ਤੇ ਇਸ ਤਰ੍ਹਾਂ ਅਸੀਂ ਬਲੋਕ ਪੇਂਟਿੰਗ ਜਾਂ ਕਹਿ ਸਕਦੇ ਹਾਂ ਸਟੈਂਸਲ ਪੇਂਟਿੰਗ ਕਰ ਸਕਦੇ ਹਾਂ ਸਪੰਜ ਦੀ ਸਹਾਇਤਾ ਨਾਲ ਤੇ ਇਹ ਸਾਡਾ ਜੀ ਡਾਰਕ yellow ਕਲਰ ਦਾ ਹਲਦੀ ਕਲਰ ਦਾ ਸੂਟ ਹੈ ਤੇ ਇਸ ਤਰ੍ਹਾਂ ਅਸੀਂ ਸਾਰਾ ਜਿਹੜਾ ਹੈਗਾ ਇਹ ਰੈਡੀ ਕਰ ਲਿਆ ਤੇ ਦੁਪੱਟਾ ਸਾਡਾ ਹੈਗਾ ਜਿਹੜਾ ਉਹ ਕਾਟਨ ਦਾ ਹੈ ਸੂਤੀ ਜਿਹਨੂੰ ਕਹਿ ਦਿੰਦੇ ਆ ਇਸ ਤਰ੍ਹਾਂ ਸਾਡਾ ਜਿਹੜਾ ਦੁਪੱਟਾ ਹੈ ਉਹ ਸਾਰਾ ਰੈਡੀ ਹੋ ਗਿਆ ਤੇ ਬਹੁਤ ਵਧੀਆ ਸੂਟ ਬਣਦੇ ਨੇ ਇਹ ਗਰਮੀਆਂ ਵਾਲੇ ਬਲੌਕ ਦੀ ਪੇਂਟਿੰਗ ਦੇ ਤੇ ਤੁਸੀਂ ਘਰੇ ਵੀ ਤਿਆਰ ਕਰ ਸਕਦੇ ਹੋ ਇਹਨਾਂ ਨੂੰ ਇਸੇ ਤਰ੍ਹਾਂ ਸਾਡਾ ਜਿਹੜਾ ਸੂਟ ਹੈ ਉਹ ਸਾਡਾ ਬਣ ਕੇ ਰੈਡੀ ਹੋ ਗਿਆ ਉਹ ਵੀ ਅਸੀਂ ਤੁਹਾਨੂੰ ਦਿਖਾਉਣੀ ਆ ਕਿ ਕਿਸ ਤਰ੍ਹਾਂ ਸਾਡਾ ਜਿਹੜਾ ਸੂਟ ਹੈ ਉਹ ਬਣ ਕੇ ਰੈਡੀ ਹੋ ਗਿਆ ਇਹ ਸਾਡਾ ਦੂਸਰਾ ਸੂਟ ਹੈ ਜਿਹੜਾ ਅਸੀਂ ਪਿਛਲੀ ਵੀਡੀਓ ਪਾਈ ਸੀ ਉਹ ਸਾਡਾ ਸੂਟ ਵੀ ਬਣ ਕੇ ਰੈਡੀ ਹੋ ਗਿਆ ਹੈ ਵਿੱਚ ਅਸੀਂ ਵਿਚਕਾਰ ਇਹਦੇ ਥੋੜਾ ਥੋੜਾ ਗੈਪ ਸੀ ਉਸ ਜਗ੍ਹਾ ਤੇ ਅਸੀਂ ਸ਼ੀਸ਼ੇ ਲਗਾ ਦਿੱਤੇ ਆ ਉਹਦੇ ਉੱਪਰ 3D ਕਰ ਦਿੱਤੀ ਹੈ ਤੇ ਜਿਹੜੀਆਂ ਸਾਡੇ ਸਾਡੀਆਂ ਸਾਈਡਾਂ ਵਾਲੀਆਂ ਬੇਲਾਂ ਸੀ ਉਹ ਬਿਲਕੁਲ ਜਿਹੜਾ ਸਾਡਾ ਕਮਰ ਦਾ ਨਾਪ ਹੁੰਦਾ ਉਹਦੇ ਨਾਲ ਹੀ ਜਾ ਰਹੀਆਂ ਬਿਲਕੁਲ ਤੇ ਉਹ ਉੱਪਰ ਤੱਕ ਜਾ ਰਹੀਆਂ ਨੇ ਮੋਢਿਆਂ ਤੱਕ ਇਸ ਤਰ੍ਹਾਂ ਸਾਡਾ ਸਾਰਾ ਸੂਟ ਜਿਹੜਾ ਤੁਹਾਨੂੰ ਪਿੰਕ ਕਲਰ ਦਾ ਸੂਟ ਪਹਿਲਾਂ ਬਲੌਕ ਪੇਂਟਿੰਗ ਵਿਦ ਹੈਂਡ ਪੇਂਟਿੰਗ ਦਿਖਾਇਆ ਸੀ ਉਹ ਵਾਲਾ ਤਿਆਰ ਹੋ ਕੇ ਰੈਡੀ ਹੋ ਗਿਆ ਜੀ ਤੇ ਇਸੇ ਤਰ੍ਹਾਂ ਹੀ ਸਾਡਾ ਦੂਸਰਾ ਸੂਟ ਜਿਹੜਾ ਤੁਹਾਨੂੰ ਅਸੀਂ yellow ਕਲਰ ਦਾ ਦਿਖਾਇਆ ਸੀ ਦੁਪੱਟਾ ਉਹਦਾ ਵੀ ਸੂਟ ਅਸੀਂ ਤੁਹਾਨੂੰ ਦਿਖਾਉਨੇ ਆ ਉਹ ਵੀ ਬਣ ਕੇ ਰੈਡੀ ਹੋ ਗਿਆ ਇਹ ਸਾਡਾ yellow ਕਲਰ ਦਾ ਸੂਟ ਹੈ ਜਿਹੜਾ ਅਸੀਂ ਤੁਹਾਨੂੰ ਹੁਣ ਪਹਿਲੇ ਦੁਪੱਟਾ ਕਰਕੇ ਦਿਖਾਇਆ ਸੀ ਉਹਦਾ ਇਹੀ ਡਿਜ਼ਾਈਨ ਸੀ ਤੇ ਇਸ ਤਰ੍ਹਾਂ ਸਾਡਾ ਜਿਹੜਾ ਸੂਟ ਹੈ ਉਹ ਵੀ ਅਸੀਂ ਰੈਡੀ ਕਰ ਲਿਆ ਤੇ ਅਸੀਂ ਗਲੇ ਤੇ ਵੀ ਥੋੜੀ ਥੋੜੀ ਬੇਲ ਬਣਾ ਕੇ ਪਾਈ ਹੈ ਇਸੇ ਤਰ੍ਹਾਂ ਤੇ ਇਸੇ ਤਰ੍ਹਾਂ ਬਾਜੂ ਤੇ ਵੀ ਡਿਜ਼ਾਈਨ ਹੈ ਤੇ ਸਾਰੇ ਸੂਟ ਦੇ ਵਿੱਚ ਹੀ ਅਸੀਂ ਬੇਲਾਂ ਪਾਈਆਂ ਨੇ ਤੇ ਇਹ ਇਸ ਦੇ ਨਾਲ ਦਾ ਦੁਪੱਟਾ ਹੈ ਜਿਹੜਾ ਅਸੀਂ ਹੁਣੇ ਹੀ ਰੈਡੀ ਕੀਤਾ ਸੀ ਪਹਿਲਾਂ ਇਸ ਤਰ੍ਹਾਂ ਤੁਸੀਂ ਬਲੌਕ ਪੇਂਟਿੰਗ ਕਰ ਸਕਦੇ ਹੋ ਜੇ ਸਾਡੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਿਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਤਾਂ ਕਿ ਅਸੀਂ ਹੋਰ ਵੀ ਇਸ ਤੋਂ ਵਧੀਆ ਵੀਡੀਓ ਪਾ ਸਕੀਏ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਸ਼ੇਅਰ ਕੀਤਾ